नवें साल ते मोबाइल मार्केट दी वीडियो लेके आए हैं जी। इन्हां कोलों तुहानू आईफोन दी सारी ही सीरीज़ मिल जाएगी, सारे ही मॉडल तुहानू आईफोन दे मिल जाएंगे। तो इस तो अलावा एप्पल वॉचेस, ईयरपोड्स एंड आईपैड ये भी तुहानू इन्हां कोलों मिल जाएंगे। बेस्ट प्राइस दे विच मिलनगिया सारिया चीज़ां। तो फोन इन्हां दे 100% जेन्युइन हुंदे आ ते वधिया हुंदे आ। वीडियो इंटरेस्टिंग होने वाली है, वीडियो नू लास्ट तक वेखियो। हाँ जी, सत श्री अकाल जी सारिया नू। सत श्री अकाल भाजी। सत श्री अकाल भाई जी, की हाल है? बहुत वधिया भाजी, तुसी दसो ठीक हो जी? बायन घंट वीरे वधिया। नवे साल दिया मैं भी बहुत वधिया भाजी, तुहानू नवे साल दिया वधाईयां। पहले तुहानू बहुत वीरे, तुहाडे सारे व्यूअर नू वी, तुहानू वी सारिया नू नवे साल दिया वधाईयां भाजी वल्लों ते मेरे वल्लों। ते नवे साल दी प्रीत भाई मोबाइल दी पहली वीडियो लैके आए हां जी। ते कुछ क सैटां च तुहानू ऑफर भी देवांगे नवे साल दा, ते बाकियां च भाजी डिस्काउंट ऑफर दे दियो थोड़ा जिहा प्राइस ना। हां, फोन तां अपने जेन्युइन हुंदे इच ते भाजी कोई शिकायत नहीं, मतलब सारे तारीफ करदे आ, कमेंट भी करदे आ कई। ते दसो भाजी अज केड़े मॉडल तों शुरू करिए, तुसीं दसो मॉडल वीरे, तुसीं दसो केड़े ते करनी स्टार्ट? आईफोन 7 तों लैके 13 प्रो मैक्स तक पई है। आईफोन 7 तों कर दियो। 7 तों कर दियो। ते भाजी 7 8 च ऑफर देना आपां नवें साल दा, तां 7 8 च कर देने कोई गल नहीं। ਲਓ ਜੀ ਆਈਫੋਨ 7 32GB ਤੇ 128GB ਸਾਫਟ ਕੰਡੀਸ਼ਨ ਦੇ ਵਿੱਚ ਮਿਲ ਜਾਏਗਾ ਬਾਈ, ਠੀਕ ਹੈ ਜੀ। ਪਹਿਲਾਂ ਤੁਹਾਨੂੰ ਮਿਲਦਾ ਸੀਗਾ 10,500 ਰੁਪਏ ਦਾ, ਹੁਣ ਤੁਹਾਨੂੰ 9,500 ਰੁਪਏ ਦਾ ਮਿਲ ਜਾਏਗਾ। ਤੇ ਪਹਿਲਾਂ ਇਕੱਲੇ ਫੋਨ ਹੁੰਦੇ ਸੀਗੇ, ਹੁਣ ਤੁਹਾਨੂੰ ਚਾਰਜਰ ਟੈਂਪਰ ਤੇ ਕਵਰ ਨਾਲ ਫ੍ਰੀ ਮਿਲੇਗਾ ਤੁਹਾਨੂੰ। ਚਾਰਜਰ ਕਵਰ ਤੇ ਟੈਂਪਰਡ ਗਲਾਸ ਫ੍ਰੀ ਮਿਲੂਗਾ ਤੁਹਾਨੂੰ 7 8 ਨਾਲ ਹੀ ਹੈ ਇਹ। ਹਾਂਜੀ, ਆਈਫੋਨ 7 ਤੇ 8 ਦੇ ਨਾਲ ਮਿਲ ਜਾਊਗਾ। ਅੱਛਾ, ਪ੍ਰਾਈਸ ਦੱਸ ਦੋ ਵੈਰੀਐਂਟ ਦੇ ਹਿਸਾਬ ਨਾਲ। ਵੀਰੇ ਇਹਨੂੰ 32GB ਆਈਫੋਨ 7 ਪੈ ਜਾਏਗਾ 9,500 ਰੁਪਏ ਦਾ, 128GB ਲੈਣਾ 10,500 ਰੁਪਏ ਦਾ ਪੈ ਜਾਏਗਾ, 1000 ਰੁਪਏ ਦਾ ਫਰਕ ਹੈ ਬਸ, ਠੀਕ ਹੈ ਜੀ। ਤੇ ਕੰਡੀਸ਼ਨ ਕੰਡੀਸ਼ਨ ਸਾਰਿਆਂ ਦੇ ਸਾਫ ਹੈ, ਕੋਈ ਖੁੱਲੇ ਰਿਪੇਅਰ ਸੈੱਟ ਨਹੀਂ ਹੈ ਬਾਈ, 1-1 ਮਹੀਨੇ ਦੀ ਗਾਰੰਟੀ ਦੇ ਨਾਲ ਹੈ ਜੀ ਸਾਰੇ ਸੈੱਟ। ਅੱਛਾ, 1-1 ਮਹੀਨੇ ਦੀ ਗਾਰੰਟੀ ਦੇ ਨਾਲ, ਕੋਈ ਖੁੱਲੇ ਰਿਪੇਅਰ ਨਹੀਂ ਬਾਈ। ਇਹ ਰਿਸਨ 32 ਮਿਲ ਜਾਏਗਾ, 128 ਮਿਲ ਜਾਏਗਾ, ਦੋਨੇ ਵੈਰੀਐਂਟ ਪਏ 7 ਦੇ ਵਿੱਚ, ਠੀਕ ਹੈ ਜੀ। ਇਸ ਤੋਂ ਅੱਗੇ ਆ ਜਾਏਗਾ ਬਾਈ 7+, 7+ 'ਚ ਵੀ ਹੈ ਆਫਰ, 7+ 'ਚ ਵੀ ਹੈਗੀ ਹੈ ਬਾਈ, 7+ 'ਚ ਵੀ, 7+ ਦੋਨੇ ਸੇਮ ਮੋਡਲ ਹੈ ਜਾ। 7+ ਆਪਣੇ ਕੋਲ ਓਨਲੀ 32GB ਪਿਆ ਵੀਰੇ, ਤੁਹਾਨੂੰ 12,000 ਰੁਪਏ ਦਾ ਪੈ ਜਾਏਗਾ ਸਿਰਫ, ਠੀਕ ਹੈ ਜੀ। ਬ੍ਰੈਂਡ ਨਿਊ ਕੰਡੀਸ਼ਨ ਆਣੀ ਤੁਸੀਂ ਦੇਖ ਸਕਦੇ ਹੋ ਬਾਈ, ਠੀਕ ਹੈ ਜੀ। ਬੈਟਰੀ ਹੈਲਥ 80+ ਹੈ, ਕੰਡੀਸ਼ਨ ਬਿਲਕੁਲ ਸਾਫ ਹੈ, 1 ਮਹੀਨੇ ਦੀ ਗਾਰੰਟੀ ਦੇ ਨਾਲ ਹੈ। ਬੇਫਿਕਰ ਹੋ ਕੇ ਚਲਾਓ, ਕੋਈ ਇਹ ਨਹੀਂ ਕਿ ਲੈ ਕੇ ਜਾਂਦਾ ਬਾਈ, ਜਾਂਦੇ ਕੋਈ ਟੈਨਸ਼ਨ ਆ, ਕੋਈ ਰਿਪੇਅਰ ਸੈੱਟ ਆ ਉਹ ਚੀਜ਼, ਉਹ ਚੀਜ਼ ਨਹੀਂ ਮਿਲਦੀ ਬਾਈ ਆਪਣੇ ਕੋਲ। ਤੇ 1 ਮਹੀਨੇ ਦੀ ਗਾਰੰਟੀ, ਬਾਕੀ ਤੁਹਾਨੂੰ ਟੈਂਪਰਡ ਆਪਣੇ ਵੱਲੋਂ ਵਧੀਆ ਲੱਗ ਕੇ ਆਏਗਾ, ਕਵਰ ਨਾਲ ਮਿਲ ਜਾਏਗਾ ਤੁਹਾਨੂੰ, ਤੇ ਚਾਰਜਰ ਨਾਲ ਫ੍ਰੀ ਮਿਲ ਜਾਏਗਾ ਬਾਈ। ਪ੍ਰਾਈਸ ਕੀ ਹੋਏਗਾ ਵੈਰੀਐਂਟ ਦੇ ਸਾਹਮਣੇ? ਤੁਹਾਨੂੰ 12,000 ਰੁਪਏ ਦਾ ਪੈ ਜਾਏਗਾ 32GB, 128GB ਉਹੀ 14-14.5 ਤੱਕ ਮਿਲ ਜਾਂਦਾ, ਉਹ ਹਜੇ ਹੈਗਾ ਨਹੀਂ ਸਟਾਕ ਦੇ ਵਿੱਚ। ਅੱਛਾ ਜੀ, ਹਾਂਜੀ, ਠੀਕ ਹੈ ਜੀ। ਇਹ ਆਫਰ ਸਮਝੋ, ਬਿਲਕੁਲ ਬਾਈ ਬਿਲਕੁਲ। ਬਾਕੀ ਪ੍ਰਾਈਸ ਦਾ ਇਦਾਂ ਵਾ ਕਿ ਚੀਜ਼ ਦੇ ਅਕੋਰਡਿੰਗ ਹੁੰਦਾ ਵਾ ਪ੍ਰਾਈਸ, ਤੁਸੀਂ ਆਓ, ਕੰਪਲੇਂਟ ਨਹੀਂ ਹੈਗੀ ਭਾਈ ਇਹਨਾਂ ਦੀ। ਚੀਜ਼ ਦੇ ਅਕੋਰਡਿੰਗ ਹੈ, ਜੇ ਕੋਈ ਤੁਹਾਨੂੰ ਥੋੜੀ ਬਹੁਤੀ ਸਕ੍ਰੈਚਸ ਵਾਲੀ ਕੰਡੀਸ਼ਨ ਹੈਗੀ ਆ, ਉਹ ਤੁਹਾਨੂੰ 1,000-1,500 ਸਸਤਾ ਵੀ ਮਿਲ ਜਾਏਗਾ। ਇਸ ਤੋਂ ਬਾਅਦ ਬਾਈ ਆ ਜਾਏਗਾ ਆਈਫੋਨ 8, 64GB ਆ ਜਾਏਗਾ, ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਆ, 64GB ਆ, ਤੁਹਾਨੂੰ ਸਿਰਫ ਔਰ ਸਿਰਫ ਪੈਣ ਵਾਲਾ 12,000 ਰੁਪਏ ਦੇ ਵਿੱਚ ਬਾਈ, ਜਿਹਦਾ ਪਹਿਲਾਂ 14-15,000 ਰੇਟ ਸੀਗਾ, ਹੁਣ ਤੁਹਾਨੂੰ ਸਿਰਫ ਔਰ ਸਿਰਫ 12,000 ਚ ਪਏਗਾ। ਤੇ ਇਹਦੇ ਨਾਲ ਤੁਹਾਨੂੰ ਚਾਰਜਰ ਮਿਲ ਜਾਏਗਾ, ਟੈਂਪਰਡ ਗਲਾਸ ਤੇ ਆਪਣੇ ਕੋਲ ਕਵਰ ਤੁਹਾਨੂੰ ਨਾਲ ਮਿਲੇਗਾ, 1 ਮਹੀਨੇ ਦੀ ਗਾਰੰਟੀ ਆ, ਕੋਈ ਖੁੱਲ੍ਹਾ ਰਿਪੇਅਰ ਨਹੀਂ ਹੈ ਬਾਈ, ਪੂਰੀ ਤਸੱਲੀ ਨਾਲ ਬੰਦਾ ਰੀਜਨ ਚੈੱਕ ਕਰਕੇ ਜਾਵੇ ਤਾਂ ਲੱਗ ਜਾਵੇ ਕੋਈ ਕਾਲੀ ਵਾਲੀ ਹੁੰਦੀ, ਬੰਦਾ ਕਈ ਵਾਰੀ ਆਉਂਦਾ ਯਾਰ ਕੀ ਲੈ ਕੇ ਜਾਣਾ, ਬੰਦਾ ਤਸੱਲੀ ਕਰੇ ਫਿਰ ਚੀਜ਼ ਲੈ ਕੇ ਜਾਵੇ। ਅੱਛਾ, ਠੀਕ ਹੈ ਜੀ, 1 ਮਹੀਨੇ ਦੀ ਗਾਰੰਟੀ ਹੈ, ਬੇਫਿਕਰ ਹੋ ਕੇ ਲੈ ਕੇ ਜਾਓਗੇ। 12,000 ਰੁਪਏ ਦੇ ਵਿੱਚ 64GB, ਕਿਸੇ ਨੇ 128GB ਲੈਣਾ ਤੁਹਾਨੂੰ 14,000 ਰੁਪਏ ਵਿੱਚ ਦਵਾ ਦਾਂਗੇ, 128GB ਦੇ ਵਿੱਚ। ਨੈਕਸਟ ਬਾਈ ਆ ਜਾਏਗਾ ਇਸ ਤੋਂ ਬਾਅਦ ਤੁਹਾਡਾ ਆਈਫੋਨ ਐਕਸ ਆ ਜਾਣਗੇ ਵੀਰੇ ਇਸ ਤੋਂ ਬਾਅਦ। ਅੱਛਾ ਜੀ, ਐਕਸ ਆਰ ਇਸ ਟਾਈਮ ਫਿਨਿਸ਼ ਆ, ਐਕਸ ਆਰ ਵੀ ਪਿਆ ਹੋਇਆ ਕੋਲ। ਹਾਂ, XR ਦੇ ਵੀ ਡਿਮਾਂਡ ਬਹੁਤ ਹੈ, XR ਦੀ ਵੀਰੇ ਬਹੁਤ ਡਿਮਾਂਡ ਹੈ, 128GB ਹੈ, ਤੁਹਾਨੂੰ ਸਿਰਫ ਔਰ ਸਿਰਫ ਪੈਣ ਵਾਲਾ ਯੂਟਿਊਬ ਕਰਕੇ 21,000 ਰੁਪਏ ਦਾ, ਬ੍ਰੈਂਡ ਨਿਊ ਕੰਡੀਸ਼ਨ ਹੈ, ਕੰਡੀਸ਼ਨ ਚੈੱਕ ਕਰ ਲਓ, 1 ਮਹੀਨੇ ਦੀ ਗਾਰੰਟੀ ਦੇ ਨਾਲ ਆ, ਬਿਲਕੁਲ ਸਾਫ ਕੰਡੀਸ਼ਨ ਆ, ਇਕੱਲਾ ਫੋਨ ਆ ਬਾਈ, ਦੱਸ ਰਹੇ ਦੁਬਾਰਾ ਤੋਂ ਵੀਡੀਓ 'ਚ, ਪ੍ਰਾਈਸ ਫਿਕਸ ਹੁੰਦਾ ਵੀਰੇ, ਉਹ ਤੁਹਾਨੂੰ ਦੱਸਦੇ ਪਹਿਲਾਂ ਹੀ। ਤੇ 1 ਮਹੀਨੇ ਦੀ ਗਾਰੰਟੀ ਦੇ ਨਾਲ ਆ, 81% ਬੈਟਰੀ ਹੈਲਥ ਆ, ਤੇ ਕੀ ਨਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ, ਸਿਰਫ ਔਰ ਸਿਰਫ 21,000 ਰੁਪਏ ਦਾ, 128GB ਆਈਫੋਨ XR। ਅੱਛਾ ਜੀ, ਇੱਕ ਗੱਲ ਮੈਂ ਦੁਬਾਰੇ ਕਲੀਅਰ ਕਰਦਾ, ਕਵਰ ਟੈਂਪਰ ਤੇ ਚਾਰਜਰ ਵਾਲਾ ਜਿਹੜਾ ਆਫਰ ਸੀਗਾ ਨਾ, ਉਹ ਆਈਫੋਨ 7 ਨਾ ਸੀ, 8 ਨਾ ਸੀ ਤੇ 7+ ਨਾ ਸੀ, ਤਿੰਨਾਂ ਨਾ ਸੀ ਹਨਾ। 8+ ਤੱਕ ਆ ਬਜੀਓ, 8+ ਤੱਕ ਹੈ, 8+ 7+ ਤੇ ਆਈਫੋਨ 8, ਹਾਂਜੀ, ਤੇ ਆਈਫੋਨ 7, ਠੀਕ ਹੈ ਜੀ। ਹਾਂਜੀ, X ਚ ਤਾਂ ਨਹੀਂਗਾ? ਨਹੀਂ 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 ਬਾਈ, ਉਸ ਤੋਂ ਬਾਅਦ ਤੁਹਾਨੂੰ ਆਈਫੋਨ X ਆ ਜਾਏਗਾ ਬਾਈ, X ਵੀ ਸਨੇ ਵੀ ਲੈਣੇ ਆ,
ਬਿਲਕੁਲ ਸਾਫ਼ ਕੰਡੀਸ਼ਨਾਂ ਦੇ ਵਿੱਚ ਆਏ ਹੋਏ ਆ। 64GB 256GB ਬਿਲਕੁਲ ਨੀਟ ਐਂਡ ਕਲੀਨ ਕੰਡੀਸ਼ਨ ਆ ਬਾਈ, ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ, ਬਿਲਕੁਲ ਮਿੰਟ ਕੰਡੀਸ਼ਨ ਪਈ ਹੋਈ ਹੈ, ਕੋਈ ਡਿਸਪਲੇ ਚੇਂਜ, ਕੋਈ ਰਿਪੇਅਰ, ਕੋਈ ਬੈਟਰੀ ਬੂਸਟ ਕੁਛ ਨਹੀਂ ਹੈ, ਜੈਨੂਅਨ ਸੈੱਟ ਨੇ, ਠੀਕ ਹੈ ਜੀ, ਆਲ ਓਰੀਜਨਲ ਸੈੱਟ ਆ ਬਾਈ ਸਾਰੀ। ਹੋਏਗਾ ਤਾਂ ਕਿਸੇ ਦੀ ਬੈਟਰੀ ਰਿਪਲੇਸ ਹੋਏਗੀ ਜੋ ਵੀ ਉਹ ਤੁਹਾਨੂੰ ਦੱਸ ਕੇ ਦੇਵਾਂਗੇ। 64GB ਬਾਈ ਕਿਸੇ ਨੇ ਵੀ ਲੈਣਾ ਸਿਰਫ ਔਰ ਸਿਰਫ ਤੁਹਾਨੂੰ ਪੈਣ ਵਾਲਾ 20,000 ਰੁਪਏ ਦਾ, ਜੇ ਕਿਸੇ ਨੇ ਲੈਣਾ 256GB ਉਹ ਤੁਹਾਨੂੰ 22,000 ਰੁਪਏ ਦਾ ਪੈ ਜਾਏਗਾ ਬਾਈ, 2,000 ਰੁਪਏ ਦਾ ਫਰਕ ਹੈ ਵੇਰੀਅੰਟ ਦਾ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ, 1-1 ਮਹੀਨੇ ਗਰੰਟੀ ਦੇ ਨਾਲ, ਬ੍ਰੈਂਡ ਨਿਊ ਕੰਡੀਸ਼ਨ ਆ ਪਏ ਨੇ, ਕੋਈ ਸਕਰੀਨ ਤੇ ਸਕਰੈਚ ਨਹੀਂ, ਕੋਈ ਕੁਛ ਨਹੀਂ, ਬਿਲਕੁਲ ਨਵੇਂ ਵਰਗੇ ਪੀਸ ਨੇ ਬਾਈ, ਬਿਲਕੁਲ ਸਾਫ਼ ਪੀਸ। ਅੱਛਾ ਜੀ, ਬੇਫਿਕਰ ਹੋ ਕੇ ਲੈ ਕੇ ਜਾਓ ਬਾਈ, ਕੋਈ ਇੱਦਾਂ ਦੀ ਰਿਪੇਅਰ ਵਾਲੀ ਟੈਨਸ਼ਨ ਨਹੀਂ ਹੋਗੀ ਬਾਈ, ਲੈ ਕੇ ਜਾਂਦੇ ਕੋਈ ਕੁਛ ਖਰਾਬ ਨਿਕਲ ਗਿਆ ਉਹ ਚੀਜ਼ ਨਹੀਂ ਹੋਏਗੀ ਬਾਈ। ਇਸ ਤੋਂ ਬਾਅਦ ਆ ਜਾਏਗਾ ਬਾਈ ਆਈਫੋਨ ਐਕਸਐਸ 64GB ਦੀ। ਅੱਛਾ ਜੀ, ਇਹ ਵੀਰੇ ਇਨ ਵਾਰੰਟੀ ਹੈ, ਇਹ ਵੇਰੀਐਂਟ ਬਹੁਤ ਘੱਟ ਮਿਲਦਾ, ਇਨ ਵਾਰੰਟੀ ਹੈ, ਇਹਦੀ ਵਾਰੰਟੀ ਪਈ 8 ਮਹੀਨੇ ਤੱਕ, 16-8 ਤੱਕ ਵਾਰੰਟੀ ਹੈ, 97% ਬੈਟਰੀ ਹੈ, ਤਾਂ ਬ੍ਰੈਂਡ ਨਿਊ ਕੰਡੀਸ਼ਨ ਹੈ ਜੀ, ਠੀਕ ਹੈ ਜੀ। ਇਹ ਤੁਹਾਨੂੰ ਸਿਰਫ ਔਰ ਸਿਰਫ ਯੂਟਿਊਬ ਕਰਕੇ ਪਏਗਾ, ਲਾਸਟ ਰੇਟ 28,000 ਰੁਪਏ ਦਾ, ਬ੍ਰੈਂਡ ਨਿਊ ਕੰਡੀਸ਼ਨ ਹੈ, 8 ਮਹੀਨੇ ਦੀ ਵਾਰੰਟੀ ਪਈ ਹੋਈ ਹੈ ਜੀ ਵੀਰੇ, ਠੀਕ ਹੈ ਜੀ, ਸਿਰਫ ਔਰ ਸਿਰਫ 28,000 ਰੁਪਏ ਦਾ ਆਈਫੋਨ ਐਕਸਐਸ 64GB। ਠੀਕ ਹੈ ਜੀ, ਹਾਂਜੀ, ਨੈਕਸਟ ਹੋ ਜੀ। ਨੈਕਸਟ ਬਾਈ ਇਸ ਤੋਂ ਬਾਅਦ ਆ ਜਾਏਗਾ 256GB। ਅੱਛਾ ਜੀ, 256GB ਆਈਫੋਨ ਐਕਸ ਐਸ ਸੋਰੀ, ਇਹਦੇ ਵਿੱਚ ਤੁਹਾਨੂੰ 3 ਕਲਰ ਮਿਲ ਜਾਣਗੇ, 64 ਇਸ ਟਾਈਮ ਖਤਮ ਹੈ। 64GB ਲੈਣਾ ਬਾਈ ਕਿਸੇ ਨੇ ਉਹ ਤੁਹਾਨੂੰ 22,000 ਤੱਕ ਮਿਲ ਜਾਏਗਾ, ਕਿਸੇ ਨੇ 256GB ਲੈਣਾ ਵੀਰੇ ਤੁਹਾਨੂੰ 25,000 ਤੱਕ ਵਧੀਆ ਫੋਨ ਦਵਾ ਦਾਂਗੇ ਜੀ, ਬਿਲਕੁਲ ਨਵੇਂ ਵਰਗੇ ਪੀਸ ਆਏ ਹੋਏ ਨੇ, ਇਹ ਵੀ ਲਿਮਿਟਿਡ ਸਟੋਕ ਆ ਬਾਈ, ਬਾਰ ਬਾਰ ਨਹੀਂ ਆਉਂਦਾ ਇਹਦਾ ਸਟੋਕ, ਠੀਕ ਹੈ ਜੀ। ਬਾਕੀ ਕੰਡੀਸ਼ਨ ਬ੍ਰੈਂਡ ਨਿਊ ਹੈ, 64GB ਤੁਹਾਨੂੰ ਰਹਿਣ ਵਾਲਾ ਬਾਈ ਸਿਰਫ ਔਰ ਸਿਰਫ 22,000 ਰੁਪਏ ਦਾ, ਜੇ ਕਿਸੇ ਨੇ 256GB ਲੈਣਾ ਤੁਹਾਨੂੰ 25,000 ਦਾ ਪੈ ਜਾਏਗਾ ਜੀ, 1-1 ਮਹੀਨੇ ਗਰੰਟੀ ਦੇ ਨਾਲ ਇਕੱਲੇ ਫੋਨ ਹੋਣਗੇ ਬਾਈ, ਤੇ ਜੈਨੂਅਨ ਸੈੱਟ ਨੇ ਸਾਰੇ। ਨੈਕਸਟ ਬਾਈ, ਨੈਕਸਟ ਇਸ ਤੋਂ ਬਾਅਦ ਵੀਰੇ ਆ ਜਾਏਗਾ ਤੁਹਾਡਾ ਆਈਫੋਨ 11 ਆ ਜਾਏਗਾ ਜੀ। ਅੱਛਾ ਜੀ, ਆਈਫੋਨ 11 ਵੀ ਕਾਫੀ ਟ੍ਰੈਂਡ 'ਚ ਆ, ਆਈਫੋਨ 11 ਦੀ ਬਾਈ ਬੜੀ ਡਿਮਾਂਡ ਰਹਿੰਦੀ, ਨਿਕਲ ਜਾਂਦੇ ਨੇ ਸਟੋਕ ਨਾਲ ਦੇ ਨਾਲ, ਕਲੀਅਰ ਹੈ ਹੁਣ ਇਸ ਸਿਸਟਮ 11 ਦਾ ਸਟੋਕ ਘੱਟ ਪਿਆ ਹੋਇਆ, ਪਹਿਲੇ ਪਿਛਲੀ ਵੀਡੀਓ ਜ਼ਿਆਦਾ ਸੀਗਾ। 64GB ਤੇ 128 ਮਿਲ ਜਾਏਗਾ ਬਾਈ, ਕਿਸੇ ਨੇ 64GB ਲੈਣਾ ਤੁਹਾਨੂੰ ਪੈ ਜਾਏਗਾ 26,000 ਰੁਪਏ ਦਾ, 81 ਬੈਟਰੀ ਹੈਲਤ, 128GB ਲੈਣਾ ਕਿਸੇ ਨੇ ਪੈ ਜਾਏਗਾ 29,000 ਰੁਪਏ ਦਾ, 84% ਬੈਟਰੀ ਹੈਲਤ। ਕੰਡੀਸ਼ਨ ਬਾਕੀ ਤੁਹਾਡੇ ਸਾਹਮਣੇ ਬਾਈ, ਕੋਈ ਖੁੱਲ੍ਹਾ ਜਿਹਾ ਰਿਪੇਅਰ ਨਹੀਂ, ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ, ਮਿੰਟ ਕੰਡੀਸ਼ਨ ਹੈ, 1-1 ਮਹੀਨੇ ਦੀ ਵਾਰੰਟੀ ਦੇ ਨਾਲ ਇਕੱਲੇ ਫੋਨ ਨੇ ਬਾਈ, ਜਿਹਦੇ ਨਾਲ ਡੱਬੇ ਡੱਬੇ ਮਿਲ ਜਾਣਗੇ। ਨੈਕਸਟ ਬਾਈ, ਨੈਕਸਟ ਵੀਰੇ ਇਸ ਤੋਂ ਬਾਅਦ ਆ ਜਾਏਗਾ ਤੁਹਾਡਾ 11 ਪ੍ਰੋ ਔਰ 11 ਪ੍ਰੋ ਮੈਕਸ ਆ ਜਾਏਗਾ। 11 ਪ੍ਰੋ ਮੈਕਸ, ਇਹ 64GB ਕਿੰਨੇ ਦਾ ਮਿਲੂਗਾ ਬਾਈ? 11 ਪ੍ਰੋ 64GB ਵੀਰੇ ਮਿਲ ਜਾਏਗਾ ਤੁਹਾਨੂੰ 35,000 ਦਾ, ਤੇ 256GB ਲੈਣਾ ਹੋਵੇ ਵੀਰੇ ਉਹ 'ਚ ਤੁਹਾਨੂੰ ਮਿਲ ਜਾਏਗਾ 38,000 ਰੁਪਏ ਦਾ। ਇਸ ਟਾਈਮ 256 ਰਹਿ ਗਿਆ, ਬਾਕੀ ਸਟੋਕ ਕਲੀਅਰ ਹੈ, ਜੇ ਕਿਸੇ ਨੇ ਵੀ ਆਉਣਾ ਬਾਈ ਫੋਨ ਕਰਕੇ ਆਇਓ, ਅਵੇਲੇਬਲ ਹੁੰਦੇ ਨੇ, ਇਹ ਬੰਦਾ ਕਈ ਵਾਰੀ ਬਿਨਾ ਕਾਲ ਕਰਕੇ ਬੰਦੇ ਆ ਜਾਂਦੇ ਨੇ, ਕਈ ਵਾਰੀ ਚੀਜ਼ ਅਵੇਲੇਬਲ ਨਹੀਂ ਹੁੰਦੀ, ਫਿਰ ਠੀਕ ਨਹੀਂ ਲੱਗਦਾ, ਬੰਦਾ ਨਹੀਂ ਦੂਰੋਂ ਗੇੜਾ ਮਾਰਦਾ ਹੈ ਨਾ। ਉਸ ਤੋਂ 11 ਪ੍ਰੋ ਮੈਕਸ ਆ ਜਾਏਗਾ 64GB, ਤੁਹਾਨੂੰ ਸਿਰਫ ਔਰ ਸਿਰਫ ਪੈਨ ਵਾਲਾ ਵੀਰੇ 36,000 ਰੁਪਏ ਦਾ, ਬੈਟਰੀ ਹੈਲਥ 81% ਹੈ, ਬ੍ਰੈਂਡ ਨਿਊ ਕੰਡੀਸ਼ਨ ਹੈ, ਡੱਬਾ ਤੁਹਾਨੂੰ ਨਾਲ ਮਿਲ ਜਾਏਗਾ ਜੀ। 11 ਪ੍ਰੋ ਮੈਕਸ 36,000 ਦਾ, ਹਾਂਜੀ, ਤੇ 11 ਪ੍ਰੋ ਉਹ 35,000 ਦਾ, ਇਹਦੀ ਬੈਟਰੀ 81 ਹੈ ਨਾ, ਤਾਂ ਕਰਕੇ 36 ਦਾ, ਜੇ ਜ਼ਿਆਦਾ ਹੋਵੇ ਤਾਂ ਤੁਹਾਨੂੰ 38-38 ਤੱਕ ਮਿਲਦਾ ਬੈਟਰੀ ਹੈਲਥ ਕਰਕੇ। ਮੈਕਸ ਹੀ ਲਿਓ ਬੈਟਰੀ ਹੈਲਥ ਨਾਲ, ਬੈਟਰੀ ਹੈਲਥ ਦਾ ਕੋਈ ਰੋਲਾ ਨਹੀਂ ਹੈ। ਬਾਕੀ ਜੈਨੂਅਨ ਬੈਟਰੀ ਹੈਲਥ ਦਾ ਬੂਸਟ ਨਹੀਂ ਹੋਏਗੀ ਬਾਈ, ਉਹਦੀ ਗਾਰੰਟੀ ਪੂਰੀ। 1000 ਰੁਪਏ ਘੱਟ 'ਚ ਮਿਲ ਜਾਏ, ਅਗਲਾ ਮੈਕਸ ਹੀ ਲਊ ਭਾਈ ਫਿਰ। ਉਸ ਤੋਂ ਬਾਅਦ ਆਏਗਾ ਬਾਈ 12 ਮਿੰਨੀ, 12 ਤੇ 12 ਪ੍ਰੋ, 12 ਮਿੰਨੀ ਲੈਣੇ ਵੀਰੇ ਕਿਸੇ ਨੇ, ਇਸ ਟਾਈਮ 2 ਪੀਸ ਰਹਿ ਗਿਆ, ਪਹਿਲਾਂ ਬੇਸਿਸ ਸਾਰਾ ਕਲੀਅਰ ਹੋ ਗਿਆ 12 ਮਿੰਨੀ ਦਾ ਸਟੋਕ। 12 ਮਿੰਨੀ 128GB ਕਿਸੇ ਨੇ ਲੈਣਾ ਵੀਰੇ, 80% ਬੈਟਰੀ ਹੈਲਥ ਰੇਟ ਬੈਸਟ ਦੇ ਦਾਂਗੇ ਤੁਹਾਨੂੰ ਸਿਰਫ ਔਰ ਸਿਰਫ 28,000 ਰੁਪਏ ਦਾ, ਪਹਿਲਾਂ 30-31 ਦਾ ਵੇਚਦੇ ਆ, ਬੈਟਰੀ ਹੈਲਥ 80 ਕਰਕੇ ਤੁਹਾਨੂੰ ਪੈ ਜਾਏਗਾ 28,000 ਰੁਪਏ ਦਾ, ਬਾਕੀ ਕੰਡੀਸ਼ਨ ਸਾਰੇ ਪਾਸੇ ਸਾਫ਼ ਆ, ਠੀਕ ਹੈ ਜੀ। ਤੇ ਕਿਸੇ ਨੇ 64GB ਲੈਣਾ, ਇਹ 2 ਮਹੀਨੇ ਪੁਰਾਣਾ ਪਿਆ ਵੀਰੇ, 34,000 ਰੁਪਏ ਦਾ ਪੈ ਜਾਏਗਾ ਆਈਫੋਨ 12 ਮਿੰਨੀ 64GB, 34,000 ਰੁਪਏ ਦਾ। ਹੈਂਡੀ ਫੋਨ ਨੇ ਭਾਈ ਹੈ ਨਾ? ਹਾਂਜੀ ਭਾਈ, ਹਾਂਜੀ, ਜੇ ਨੋਰਮਲ ਯੂਜ਼ਰ ਇੱਕ ਹੱਥ ਨਾਲ ਚਲਾ ਸਕਦਾ ਬੰਦਾ ਵਧੀਆ ਭਾਈ। ਇਸ ਤੋਂ ਬਾਅਦ ਆ ਜਾਣਗੇ ਬਾਈ 12 ਆ ਜਾਣਗੇ, ਬਾਰਾਂ ਕਿਸੇ ਨੇ ਬਾਈ 64GB ਲੈਣਾ, ਇਨ ਵਾਰੰਟੀ ਪਿਆ ਜੀ, ਠੀਕ ਹੈ ਜੀ, ਬ੍ਰੈਂਡ ਨਿਊ ਕੰਡੀਸ਼ਨ ਹੈ, ਬਲੂ ਕਲਰ ਹੈ, 3 ਮਹੀਨੇ ਦੀ ਵਾਰੰਟੀ ਪਈ ਹੈ, ਬੈਟਰੀ ਹੈਲਥ ਇਹਦੀ ਹੋਏਗੀ 87+ ਹੋਏਗੀ, ਇਹ ਤੁਹਾਨੂੰ ਸਿਰਫ ਔਰ ਸਿਰਫ ਪਏਗਾ 40,000 ਰੁਪਏ ਦਾ, ਠੀਕ ਹੈ ਜੀ, ਠੀਕ ਹੈ ਜੀ। 128GB ਕਿਸੇ ਨੇ ਵਾਰੰਟੀ ਆਊਟ ਲੈਣਾ ਵੀਰੇ, ਇਹ ਤੁਹਾਨੂੰ ਪਏਗਾ 39,000 ਦਾ ਆਈਫੋਨ 12, ਆਈਫੋਨ 12 64GB ਲੈਣਾ ਵੀਰੇ ਕਿਸੇ ਨੇ ਲੈਣਾ, ਉਹ ਤੁਹਾਨੂੰ 36,000 ਰੁਪਏ ਦਾ ਪੈ ਜਾਏਗਾ ਯੂਟਿਊਬ ਕਰਕੇ, ਵੈਸੇ 37-37 ਰੇਟ ਹੈ ਵੀਰੇ ਵੇਚਣ ਦਾ ਇਹਨਾਂ ਦਾ। ਤੇ ਇਸ ਤੋਂ ਇਲਾਵਾ ਇੱਕ ਹੋਰ ਪੀਸ ਪਿਆ ਹੋਇਆ, ਸਵੈਪ ਹੋ ਕੇ ਆਇਆ,
ਅਭੀ 12 ਹੀ ਆ ਅਤੇ ਹੁਣ ਸਵੈਪ ਹੋ ਗਿਆ ਹੈ ਇਹਦੀ 3 ਮਹੀਨੇ ਦੀ ਤੁਹਾਨੂੰ ਸਟੋਰ ਦੀ ਵਾਰੰਟੀ ਮਿਲੇਗੀ ਜੀ ਬ੍ਰੈਂਡ ਨਿਊ ਪੀਸ ਹੈ ਠੀਕ ਹੈ ਜੀ ਇਹ ਯੂਜ਼ ਨਹੀਂ ਹੈ ਨੋਨ ਐਕਟੀਵੇਟਡ ਹੈ ਇੰਡੀਅਨ ਪੀਸ ਹੈ ਤੁਹਾਨੂੰ ਸਿਰਫ ਔਰ ਸਿਰਫ ਪਏਗਾ ਯੂਟਿਊਬ ਕਰਕੇ 44,000 ਦਾ 44,000 ਰੁਪਏ ਦਾ 128 GB ਨਵਾਂ ਫੋਨ ਹੈ ਬਿਲਕੁਲ ਜੀ ब्लू लेना किसी ने बी 78 बैटरी हेल्थ है बैटरी सर्विस करके तुम रेट बाई वो दे देंगे कि बंदा बेस्ट रेट रहेगा तुम 47,000 मिल जाएगा 47,000 रुपये 256 GB कली बैटरी 78 करके जी सैट सील्ड है कोई खुले रिपेयर नहीं है बी ठीक है जी 5,000 रुपये डिस्काउंट करता बैटरी सर्विस करके उस तो आ जाएगा भी 86% बैटरी हेल्थ वाइट कलर है भी तुम 52 का पै जाएगा ब्रांड न्यू कंडीशन ठीक है जी अच्छा भाजी एक गल क्लीयर कर दियो हर वीडियो च ना कई जेडे वीर भरा है वो पुछते होंगे भी ईएमआई का पुछते हैं मैं रिप्लाई भी करता हूं भी भाई ओनली क्रेडिट कार्ड से अपने को कली क्रेडिट कार्ड से होंगी जी जिदा दूजी होंगी ना नवे फोन से होंगे लोकल फाइनेंस का अच्छा जी अपने को कला क्रेडिट कार्ड से ईएमआई बनती है या कैश बस और कोई डील नहीं अपने को एक क्रेडिट कार्ड से या कैश होर कोई ईएमआई का ऑप्शन है ही नहीं गा सेकंड हैंड से बंदा कितने भी नहीं करवा सकता होंगी भी नहीं ठीक है जी नेक्स्ट मॉडल भाई नेक्स्ट भाई आ जाएगा 12 प्रो मैक्स अच्छा जी 12 प्रो मैक्स 128 GB ਦੇ ਵੇਰੀਐਂਟ ਪਏ ਆ ਬਿਲਕੁਲ ਨਵੇਂ ਵਰਗੇ ਪੀਸ ਆ ਬਾਈ ਅੱਛਾ ਜੀ 86-87% ਬੈਟਰੀ ਹੈਲਥ ਤੱਕ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈ ਹਾਂ ਬਿਲਕੁਲ ਨੀਟ ਐਂਡ ਕਲੀਨ ਕੰਡੀਸ਼ਨ ਹੈ ਇਹ ਮਾਡਲ ਦੀ ਬਹੁਤ ਡਿਮਾਂਡ ਹੈ ਲੋਕੀ ਮੰਗਦੇ ਨੇ ਆ ਕੇ ਹੁੰਦਾ ਨਹੀਂ ਸਟਾਕ ਦੇ ਵਿੱਚ ਇਹ ਵੀ ਹੁਣੇ ਆਇਆ ਇਹ ਤੁਹਾਨੂੰ ਸਿਰਫ ਔਰ ਸਿਰਫ ਯੂਟਿਊਬ ਕਰਕੇ ਪੈਣ ਵਾਲਾ 54,000 ਦਾ ਵੈਸੇ ਦਾ 55-56,000 ਦਾ ਕਿੰਨੇ ਜੀਬੀ ਭਾਜੀ 128 GB ਬਾਈ ਅੱਛਾ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਈ ਬਿਲਕੁਲ ਸਾਫ ਕੰਡੀਸ਼ਨ ਹੈ ਕੋਈ ਖੁੱਲੇ ਰਿਪੇਅਰ ਨਹੀਂ ਇਕੱਲੇ ਫੋਨ ਨੇ ਬਈ ਠੀਕ ਹੈ ਜੀ 1-1 ਮਹੀਨੇ ਦੀ ਗਾਰੰਟੀ ਦੇ ਨਾਲ 54,000 ਦਾ ਪੈ ਜਾਏਗਾ 54,000 ਦਾ 128 GB 12 Pro Max 256 ਦਾ ਕੀ ਪਾਈ 255 ਵੀਰੇ ਮਿਲ ਜਾਂਦਾ 5960 ਤੱਕ ਮਿਲ ਜਾਂਦਾ ਜੀ ਅੱਛਾ ਵਧੀਆ ਸਾਫ ਕੰਡੀਸ਼ਨ ਚ ਲੈਣਾ ਹੋਵੇ ਜੈਨੂਨ ਸੈਟ ਨੈਕਸਟ ਭਾਜੀ ਨੈਕਸਟ ਭਾਈ ਆ ਜਾਏਗਾ 12 ਸੌਰੀ 13 ਆ ਜਾਏਗਾ ਅੱਛਾ ਜੀ 13 ਭਾਜੀ ਆ ਜਾਏਗਾ 5 ਮਹੀਨੇ ਪੁਰਾਣਾ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਹੈ ਬਲੂ ਕਲਰ ਆ 100% ਬੈਟਰੀ ਹੈਲਥ ਹੈ ਜੀ ਮਿੰਟ ਕੰਡੀਸ਼ਨ ਹੈ ਕੋਈ ਸਕਰੀਨ ਤੇ ਸਕਰੈਚ ਨਹੀਂ ਕੁਝ ਨਹੀਂ ਹੈ ਤੁਹਾਨੂੰ ਸਿਰਫ ਔਰ ਸਿਰਫ ਯੂਟਿਊਬ ਕਰਕੇ ਪੈਣ ਵਾਲਾ 54,000 ਦਾ ਨਵਾਂ ਹੀ ਪੀਸ ਆ ਬਈ ਬਸ ਨਾਮ ਦਾ ਹੀ ਪੁਰਾਣਾ ਗਈ ਲੋਕੀ ਕਹਿੰਦੇ ਨੇ ਕਿ ਵੀਰੇ ਲੋਕੀ ਵੇਚ ਕਿਉਂ ਜਾਂਦੇ ਨੇ ਕਈ ਦੀ ਰੂਹ ਭਰ ਜਾਂਦੀ ਹੈ ਵੀ ਕਿਸੇ ਨੂੰ ਪੇਮੈਂਟ ਦੀ ਲੋੜ ਹੁੰਦੀ ਹੈ ਤਾਂ ਕਰਕੇ ਵੇਚ ਜਾਂਦੇ ਨੇ ਬਾਕੀ ਕੰਡੀਸ਼ਨ ਬਿਲਕੁਲ ਸਾਫ ਆ ਕਈਆਂ ਨੂੰ ਇਹ ਹੁੰਦਾ ਵੀ ਆ ਵੇਚ ਕੇ ਦੂਜਾ ਲੈ ਲਈਏ ਨਾ ਬਈ ਹਾਂਜੀ ਇਸ ਤੋਂ ਆਉਣ ਵਾਲਾ ਬਾਈ 13 ਪ੍ਰੋ ਮੈਕਸ ਇਹਦੀ ਵਾਰੰਟੀ ਰਹਿ ਗਈ ਉਹੀ ਤੁਹਾਡੀ 15 ਦਿਨ ਦੀ ਵਾਰੰਟੀ ਰਹਿ ਗਈ ਹੈ ਤੁਹਾਨੂੰ ਸਿਰਫ ਔਰ ਸਿਰਫ ਯੂਟਿਊਬ ਕਰਕੇ ਪੈਣ ਵਾਲਾ 70,000 ਰੁਪਏ ਦਾ ਵਾਰੰਟੀ ਆਊਟ ਵੀ ਆਹੀ ਰੇਟ ਮਿਲਦਾ ਬਾਈ ਤੁਹਾਨੂੰ 15 ਦਿਨ ਦੀ ਵਾਰੰਟੀ ਦੇ ਵਿੱਚ ਤੁਹਾਨੂੰ ਦੇ ਦਾਂਗੇ 70,000 ਰੁਪਏ ਦਾ ਆਈਫੋਨ 13 ਪ੍ਰੋ 128 GB ਮਿੰਟ ਕੰਡੀਸ਼ਨ ਹੈ ਬ੍ਰੈਂਡ ਨਿਊ ਡੱਬਾ ਵਾਇਰ ਨਾਲ ਮਿਲ ਜੇਗੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਕੋਈ ਡੈਂਟ ਨਹੀਂ ਹੈ ਕੋਈ ਸਕਰੈਚ 88% ਬੈਟਰੀ ਹੈ ਤੇ 13 ਪ੍ਰੋ अच्छा भाजी एक गल होर क्लीयर करो जिवें अपने ना मतलब कुछ इंडिया च भी हैगे कुछ बाहर तो भी हैगे बंदे नागालैंड तो इंडिया तो बाहर वाले हां जी हां जी वो कमेंट करदे ने भी असीं इत्थे रहने आ भाई इंडिया तो बाहर इत्थे ते किवें मतलब अपने को आएगा फोन आ पेमेंट कर दिए जी की सिस्टम भाजी वो सारेयां दी पेमेंट किसी ने भी फोन लेना पेमेंट एडवांस होनी चाहिए है ਕੋਰੀਅਰ ਹਰ ਤਾਂ ਹੋ ਜਾਂਦਾ ਫਿਰ ਆਪਣਾ ਬਾਹਰਲੇ ਦੇਸ਼ ਵੀ ਹਾਂਜੀ ਹਾਂਜੀ ਹੋ ਜਾਏਗਾ ਬਈ ਤੇ ਕਿਤੋਂ ਵੀ ਮਤਲਬ ਤੁਸੀਂ ਹੈਗੇ ਹੋ ਬਾਹਰ ਤੋਂ ਇੰਡੀਆ ਦੇ ਕਿਸੇ ਵੀ ਕੋਨੇ ਚੋਂ ਪੇਮੈਂਟ ਪਹਿਲਾਂ ਕਰ ਦਿਓ ਤੇ ਪੇਮੈਂਟ ਐਡਵਾਂਸ ਹੋਣੀ ਜਿਹਦੀ ਐਡਵਾਂਸ ਕਰਕੇ ਤੁਸੀਂ ਸਕਰੀਨਸ਼ਾਟ ਭੇਜ ਦਿਓ ਸਾਡੇ ਨੰਬਰ ਤੇ ਕੋਰੀਅਰ ਤੁਹਾਡਾ ਲੱਗ ਜਾਏਗਾ ਬਈ ਵਧੀਆ ਵਾਲਾ ਮਤਲਬ ਫੋਨ ਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦੇਣਗੇ ਕਿਹੜਾ ਫੋਨ ਆ ਤੇ ਜਿੱਥੇ ਮਰਜ਼ੀ ਤੁਸੀਂ ਡਿਲੀਵਰੀ ਕਰਾ ਸਕਦੇ ਇੰਡੀਆ ਤੋਂ ਬਾਹਰ ਵੀ ਇੰਡੀਆ ਦੇ ਵਿੱਚ ਵੀ ਤੇ ਭਾਜੀ ਇੱਕ ਨਾ ਮਤਲਬ ਕਿਤੇ ਨਾ ਕਿਤੇ ਬੰਦੇ ਦੇ ਮਨ ਚ ਡਰ ਵੀ ਹੁੰਦਾ ਵੀ ਪੇਮੈਂਟ ਅਸੀਂ ਪੂਰੀ ਕਰ ਲਾ ਰਹੇ ਹਾਂ ਹੁੰਦਾ ਹਾਂਜੀ ਤੇ ਇਹਦੇ ਬਾਰੇ ਕੀ ਕਹਿਣਾ ਆਪਾਂ ਹੀ ਕਹਿੰਦੇ ਜਿਹੜੇ ਬੰਦੇ ਨੂੰ ਟਰਸਟ ਆ ਉਹ ਕਰ ਲਵੇ ਜਿਹਨੂੰ ਨਹੀਂ ਟਰਸਟ ਉਹ ਬੰਦਾ ਵਿਜ਼ਿਟ ਕਰਕੇ ਲੈ ਜਾਏ ਕੋਈ ਚੱਕਰ ਨਹੀਂ ਜਿਹੜਾ ਬੰਦਾ ਇੱਕ ਸਾਡੇ ਰੈਗੂਲਰ ਬੰਦੇ ਹੈਗੇ ਨੇ ਹੁਣ ਉਹ ਤਾਂ ਕੋਰੀਅਰ ਕਰਵਾਉਂਦੇ ਨੇ ਜਿਹੜੇ ਰੈਗੂਲਰ ਹਜੇ ਨਵੇਂ ਨਹੀਂ ਜੁੜੇ ਹੋਏ ਆਪਣਾ ਉਹਨਾਂ ਸਵੇਰ ਟਰਸਟ ਕਰਨਾ ਔਖਾ ਹੁੰਦਾ ਆਪਾਂ ਕਹਿੰਦੇ ਪਹਿਲਾਂ ਵਿਜ਼ਿਟ ਕਰ ਲਓ ਜ਼ਿਆਦਾ ਵਧੀਆ ਉਸ ਤੋਂ ਜਦੋਂ ਟਰਸਟ ਬਿਲਡ ਹੋ ਜਾਂਦਾ ਬਾਅਦ ਚ ਬੰਦਾ ਕੋਰੀਅਰ ਲਗਵਾ ਲੈ ਕੋਈ ਚੱਕਰ ਨਹੀਂ ਜੇ ਤੁਹਾਨੂੰ ਟਰਸਟ ਹੈਗਾ ਆ ਫਿਰ ਤਾਂ ਤੁਸੀਂ ਮਤਲਬ ਪੂਰੀ ਪੇਮੈਂਟ ਕਰਕੇ ਕਿਤੇ ਵੀ ਆਊਟ ਆਫ ਸਟੇਟ ਜਾਂ ਫਿਰ ਇੰਡੀਆ ਚ ਕਰਾ ਸਕਦੇ ਹੋ ਜੇ ਨਹੀਂ ਟਰਸਟ ਹੈਗਾ ਫਿਰ ਵਿਜ਼ਿਟ ਕਰ ਲਓ ਬਿਲਕੁਲ ਬਾਈ ਹਾਂਜੀ ਰਹਿੰਦਾ ਆਈਫੋਨ ਦਾ ਮਾਡਲ ਇਸ ਤੋਂ ਬਾਅਦ 13 ਪ੍ਰੋ ਮੈਕਸ ਰਹਿ ਗਿਆ ਉਸ ਤੋਂ ਬਾਅਦ ਬਾਕੀ ਕਿੰਨੀ ਸੀ ਅੱਛਾ ਜੀ 13 ਪ੍ਰੋ ਮੈਕਸ ਵੀਰੇ ਮਿਲ ਜਾਏਗਾ ਤੁਹਾਨੂੰ ਇੱਕ ਦੀ ਵਾਰੰਟੀ ਰਹਿ ਗਈ 20 ਦਿਨ ਦੀ ਠੀਕ ਹੈ ਜੀ ਇੱਕ ਦੀ ਵਾਰੰਟੀ ਪਈ ਹੈ 4 ਮਹੀਨੇ ਦੀ ਬ੍ਰੈਂਡ ਨਿਊ ਕੰਡੀਸ਼ਨ ਹੈ
ਜਿਹਦੀ 20 ਦਿਨ ਦੀ ਵਾਰੰਟੀ ਰਹਿ ਗਈ ਵੀਰੇ ਤੁਹਾਨੂੰ ਸਿਰਫ ਔਰ ਸਿਰਫ ਪੈਨਲ ਆ 79,000 ਦਾ ਬ੍ਰੈਂਡ ਨਿਊ ਕੰਡੀਸ਼ਨ ਹੈ 93% ਬੈਟਰੀ ਹੈ ਤਾਂ ਬਲੂ ਕਲਰ ਹੈ ਜੀ ਅੱਛਾ ਠੀਕ ਹੈ ਜੀ ਡੱਬਾ ਵਾਇਰ ਨਾਲ ਆ 1 ਮਹੀਨੇ ਦੀ ਗਾਰੰਟੀ ਆਪਣੇ ਸਟੋਰ ਦੀ ਮਿਲ ਜਾਏਗੀ ਤੁਹਾਨੂੰ ਤੇ ਇਹ ਤੁਹਾਨੂੰ ਸਿਰਫ ਔਰ ਸਿਰਫ ਪੈਨਲ ਆ 79,000 ਦਾ ਇਹਦੀ ਵਾਰੰਟੀ ਪਈ ਹੈ ਅਪ੍ਰੈਲ ਤੱਕ ਬਈ ਇਹ ਤੁਹਾਨੂੰ ਸਿਰਫ ਔਰ ਸਿਰਫ ਮਿਲ ਜਾਏਗਾ 94% ਬੈਟਰੀ ਹੈ ਤਾਂ ਅਲਪਾਈਨ ਗ੍ਰੀਨ ਕਲਰ 82,000 ਦਾ 82,000 ਦਾ ਬਾਕੀ ਕੰਡੀਸ਼ਨ ਦੋਨੋਂ ਹੀ ਸਾਫ਼ ਆ ਬਈ ਕੋਈ ਖੁੱਲੇ ਰਿਪੇਅਰ ਨਹੀਂ ਹੈ ਕੋਈ ਸੈੱਟ ਖੁੱਲੇ ਰਿਪੇਅਰ ਹੁੰਦਾ ਸਾਨੂੰ ਮਿਸਗਾਈਡ ਕਰਕੇ ਦਿੱਤਾ ਜਾਂਦਾ ਤਾਂ ਵੀਰੇ ਤੁਹਾਡੀ ਪੇਮੈਂਟ ਰਿਟਰਨ ਹੋ ਜਾਏਗੀ ਕੋਈ ਖੁੱਲੇ ਰਿਪੇਅਰ ਸੈੱਟ ਨਹੀਂ ਮਿਲਦਾ ਬਈ ਆਪਣੇ ਕੋਲ ਉਸ ਚੀਜ਼ ਦੀ ਗਰੰਟੀ ਪੂਰੀ ਹੈ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਭਾਜੀ ਆਈਪੈਡ ਵੀ ਆਪਣੇ ਕੋਲ ਪਏ ਨੇ ਹਨਾ ਆਈਪੈਡ ਤਾਂ ਵਾਧੂ ਪਏ ਨੇ ਵੀਰੇ ਆਈਪੈਡ ਦੇ ਆਪਾਂ ਫਿਰ ਅਲੱਗ ਵੀਡੀਓ ਬਣਾ ਦਾਂਗੇ ਕੋਈ ਚੱਕਰ ਨਹੀਂ ਅੱਛਾ ਜੀ ਵੈਸੇ ਆਈਪੈਡ ਤੁਹਾਨੂੰ ਲਗਭਗ ਸਾਰੀ ਜਨਰੇਸ਼ਨ ਦੇ ਪਏ ਜਨਰੇਸ਼ਨ ਪਏ ਹੋਏ ਹਨ ਪਏ ਹੁੰਦੇ ਠੀਕ ਹੈ ਜੀ ਵਾਚਸ ਪਈਆਂ ਇਹ ਵੀ ਥੋੜਾ ਮੋਟਾ ਮੋਟਾ ਦਿਖਾ ਦਿਓ ਦੱਸ ਦਿਓ ਵਾਚਸ ਦਿਖਾਣਾ ਵੀਰੇ ਆਈ ਵਾਚ ਤੁਹਾਨੂੰ ਸੀਰੀਜ਼ 5 ਮਿਲ ਜਾਏਗੀ ਸਿਰਫ ਔਰ ਸਿਰਫ 13,000 ਰੁਪਏ ਦੀ 40 mm ਠੀਕ ਹੈ ਜੀ ਆਈ ਵਾਚ ਸੀਰੀਜ਼ 3 ਮਿਲ ਜਾਏਗੀ ਸਿਰਫ ਔਰ ਸਿਰਫ 8,000 ਰੁਪਏ ਦੀ ਬਈ ਠੀਕ ਹੈ ਜੀ ਆਈ ਵਾਚ SE ਮਿਲ ਜਾਏਗੀ 44 mm ਸਿਰਫ ਔਰ ਸਿਰਫ 15,000 ਰੁਪਏ ਦੀ ਜਿਹੜੀ 17,000 ਦੇ ਵਿੱਚ ਅੰਦਰ ਰੇਟ ਆ ਬਈ ਓਰੀਜਨਲ ਵਾਚਸ ਨਹੀਂ ਹੈ 100% ਆਈ ਵਾਚ ਸੀਰੀਜ਼ 6 ਮਿਲ ਜਾਏਗੀ ਤੁਹਾਨੂੰ ਸੌਰੀ ਸੀਰੀਜ਼ 3 ਮਿਲ ਜਾਏਗੀ ਸਿਰਫ ਔਰ ਸਿਰਫ ਵੀਰੇ 8,000 ਰੁਪਏ ਦੀ ਬਾਕੀ ਸੀਰੀਜ਼ 6 ਵੀ ਹੈਗੀ ਉਹਨੂੰ 19,000 ਰੁਪਏ ਦੀ ਮਿਲ ਜਾਏਗੀ ਅੱਛਾ ਜੀ 에어ਪੋਰਟਸ ਭਾਜੀ 에어ਪੋਰਟਸ ਵੀਰੇ ਪਏ ਹੋਏ ਨੇ 에어ਪੋਰਟਸ ਇਨ ਵਾਰੰਟੀ ਲੈਣੇ ਆ ਇਨ ਵਾਰੰਟੀ ਮਿਲ ਜਾਣਗੇ ਇਹ ਵਾਰੰਟੀ ਆਊਟ ਆ ਤੁਹਾਨੂੰ ਸਿਰਫ ਔਰ ਸਿਰਫ 에어ਪੋਰਟਸ ਪ੍ਰੋ ਮਿਲ ਜਾਣਗੇ 9,000 ਰੁਪਏ ਦੇ ਜੇ ਕਿਸੇ ਨੇ ਇਨ ਵਾਰੰਟੀ ਲੈਣੇ ਆ ਵੀਰੇ 1.5 ਸਾਲ ਦੀ ਵਾਰੰਟੀ ਪਈ ਹੋਈ ਹੈ ਐਪਲ ਕੇਅਰ ਪਲਾਨ ਪਲੱਸ ਵਾਲਾ ਨਾਲ ਹੈ ਇਹਦੇ ਉਸ ਨੂੰ ਸਿਰਫ ਔਰ ਸਿਰਫ ਪਏਗਾ 13,000 ਰੁਪਏ ਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਜੇ ਕਿਸੇ ਨੇ ਨਾਰਮਲ ਜਨਰੇਸ਼ਨ ਲੈਣੇ ਵੀਰੇ ਤੁਹਾਨੂੰ ਸਿਰਫ ਔਰ ਸਿਰਫ ਪੈ ਜਾਣੇ 5,000 ਰੁਪਏ ਦੇ YouTube ਕਰਕੇ ਵੈਸੇ 5,500-6,000 ਰੁਪਏ ਰੇਟ ਆ ਦਾ ਵੇਚਣ ਦਾ ਮਾਰਕੀਟ ਚ ਅੱਛਾ ਇੱਕ ਗੱਲ ਹੋਰ ਮਤਲਬ ਕੋਈ ਵੀ ਇੱਥੇ ਆਉਂਦਾ ਵਾ ਨਾ ਫੋਨ ਕਈ ਜਣਾ ਲੈ ਕੇ ਆਵੇ ਮਤਲਬ ਦੱਸ ਦਿਆ ਕਰੋ ਵੀ YouTube ਤੇ ਦੇਖ ਕੇ ਆਏ ਆ ਵੀਡੀਓ ਦੇਖ ਕੇ ਆਏ ਹਾਂ ਫਿਰ ਉਹ ਜਿਹੜੇ ਵੀਡੀਓ ਚ ਦੱਸਿਆ ਨਾ ਫਿਰ ਤੁਹਾਨੂੰ ਉਹ ਪ੍ਰਾਈਜ਼ ਮਿਲਣਗੇ ਜਿਵੇਂ ਐ ਹੁੰਦਾ ਤੁਸੀਂ ਸਿੱਧੇ ਆ ਜਾਂਦੇ ਹੋ ਉਹਨਾਂ ਦਾ ਰੇਟ ਉਦਾਂ ਹੋਰ ਹੁੰਦਾ ਵਾ ਮਤਲਬ ਥੋੜਾ ਜਿਹਾ ਫਰਕ ਹੁੰਦਾ ਜ਼ਿਆਦਾ ਤੇ ਨਹੀਂ ਹੁੰਦਾ ਹਾਂਜੀ ਹਾਂਜੀ ਪਰ ਹੁੰਦਾ ਵਾ ਤੇ ਦੱਸ ਕੇ ਆਇਆ ਕਿ ਦੱਸ ਕੇ ਕਰੋ ਵੀ ਸ਼ਿਵਰਾਜ ਦੀ ਵੀਡੀਓ ਦੇਖ ਕੇ ਆਇਆ ਤੁਹਾਨੂੰ ਜੋ ਹੋਇਆ ਡਿਸਕਾਊਂਟ ਵਧੀਆ ਰੇਟ ਤੇ ਕਰਕੇ ਦੇਗਾ ਵਧੀਆ ਰੇਟ ਤੁਹਾਨੂੰ ਵੀਡੀਓ ਵਾਲਾ ਦੇ ਸਕਣ ਹਾਂਜੀ ਤੇ ਇਸ ਤੋਂ ਬਾਅਦ ਆਈਪੈਡ ਤੁਹਾਨੂੰ ਪਤਾ ਹੀ ਹੈ ਸਾਰੇ ਇਹਨਾਂ ਕੋ ਮਿਲ ਜਾਣਗੇ ਐਂਡਰੋਇਡ ਫੋਨ ਵੀ ਇਹਨਾਂ ਕੋ ਹੁੰਦੇ ਆ ਜਿਵੇਂ 1+ ਹੋ ਗਏ ਹੋਰ ਵੀ ਤੁਹਾਡੇ ਆਪਣਾ ਓਪੋ ਵੀਵੋ ਦੇ ਵੀ ਕਈ ਵਾਰੀ ਇੱਕਦੇ ਅੱਛਾ ਭਾਜੀ ਇੱਕ ਨਾ ਗੂਗਲ ਪਿਕਸਲ ਦੇ ਫੋਨ ਨੇ ਉਹ ਵੀ ਦਿਖਾ ਦਿਓ ਥੋੜਾ ਆਪਣੇ ਗੂਗਲ ਪਿਕਸਲ ਦਾ ਵੀਰੇ ਸਟਾਕ ਫਿਨਿਸ਼ ਹੋਇਆ ਪਿਆ ਹੁਣ ਮੰਗਾਈ ਨਹੀਂ ਰਹੇ ਐਂਡਰੋਇਡ ਤੇ ਡੀਲ ਘੱਟ ਕਰ ਰਹੇ ਆ ਐਂਡਰੋਇਡ ਦਾ ਜਿੱਦੇ ਕੋਈ ਸਟਾਕ ਆਂਦਾ ਫਿਰ ਆਪਾਂ ਐਂਡਰੋਇਡ ਦੀ ਵਧੀਆ ਵੀਡੀਓ ਬਣਾਉਂਦੇ ਆ ਬਈ ਇਹ ਸਟਾਕ ਸਾਫ ਦਿਸ਼ਾ ਨਹੀਂ ਰਿਹਾ ਪਤਾ ਰੱਖ ਨਹੀਂ ਰਿਹਾ ਚਲੋ ਤੇ ਸਟਾਕ ਹੋ ਗਿਆ ਵਾ ਕੰਪਲੀਟ ਤੇ ਐਡਰੈਸ ਤੇ ਕੰਟੈਕਟ ਜਿਹੜਾ ਹੈਗਾ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਇੱਕ ਵਾਰੀ ਭਾਈ ਬੋਲ ਕੇ ਵੀ ਦੱਸ ਦਿਓ ਫੇਸਬੁੱਕ ਤੇ ਵੀ ਪੈਂਦੀ ਆ ਨਾ ਵੀਡੀਓ ਐਸੀ ਨੰਬਰ ਭਾਈ 1434-35 ਫਸਟ ਫਲੋਰ ਫਸਟ ਕੈਬਿਨ ਸੈਕਟਰ 22 ਮੋਬਾਈਲ ਮਾਰਕੀਟ ਚੰਡੀਗੜ੍ਹ ਦੇ ਫੋਨ ਨੰਬਰ ਹੈਗਾ 6280-1-2223 ਕਿਸੇ ਨੇ ਵਟਸਐਪ ਕਰਨਾ ਵਟਸਐਪ ਤੇ ਬੰਦਾ ਪੁੱਛ ਸਕਦਾ ਕੋਲ ਮੈਸੇਜ ਕਰਕੇ ਠੀਕ ਹੈ ਜੀ ਹਾਂਜੀ ਸੋ ਇਹ ਸੀਗੀ ਜੀ ਆਪਣੀ ਵੀਡੀਓ ਤੇ ਜੇ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਉਹ ਕਰਿਓ ਕਦੇ ਦੁਬਾਰੇ ਸਬਸਕ੍ਰਾਈਬ ਕਰਨ ਦੇ ਚੱਕਰ ਚ ਸਬਸਕ੍ਰਾਈਬ ਹੋ ਜਾਂਦਾ ਸਹੀ ਹੈ ਬਈ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕੋ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਕੀ ਉਹਦੇ ਨਾਲ ਪਤਾ ਕੀ ਹੁੰਦਾ ਐਪਰੀਸ਼ੀਏਟ ਹੁੰਦਾ ਵਾ ਬੰਦਾ ਵੀ ਹਾਂ ਯਾਰ ਆਪਾਂ ਜਿਹੜੀ ਚੀਜ਼ ਕਰ ਰਹੇ ਆ ਉਹ ਵੀ ਵਧੀਆ ਪਸੰਦ ਨਹੀਂ ਸਹੀ ਗੱਲ ਆ ਬਾਈ ਬੰਦਾ ਵਧੀਆ ਕੰਮ ਕਰ ਰਿਹਾ ਥੋੜੀ ਲਾਈਕ ਤਾਂ ਬਣਦਾ ਕਰਨ ਚ ਹਾਂਜੀ ਸੋ ਮਿਲਦੇ ਆ ਜੀ ਇਹ ਅਗਲੀ ਵੀਡੀਓ ਚ ਤਦ ਤੱਕ ਲਈ ਟੇਕ ਕੇਅਰ ਬਾਬਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ